ਚਾਰ ਦਿਨ ਪਹਿਲਾਂ ਪਾਰਟੀ ਜੁਆਇਨ ਕੀਤੀ, ਟਿਕਟ ਵੀ ਮਿਲ ਗਈ, ਇਹ ਬਦਲਾਅ ਕਿਵੇਂ ਹੋਇਆ? ਮੈਂ ਤਾਂ ਭਰਾਵਾ 2-3 ਦਿਨ ਪਹਿਲਾਂ ਹੀ ਹਲੇ ਪਾਰਟੀ ਚ ਆਇਆ, ਮੇਰੀ ਸ਼ਰਤ ਵੀ ਕੋਈ ਨਹੀਂ ਸੀ। ਸਾਨੂੰ ਪਤਾ ਸੀ ਆਮ ਆਦਮੀ ਕਲੀਨਿਕ ਦੇ ਵਿੱਚ ਹਸਪਤਾਲਾਂ ਚ ਦਵਾਈਆਂ ਮੁਫ਼ਤ ਮਿਲ ਰਹੀਆਂ, ਸਿਵਲ ਹਸਪਤਾਲਾਂ ਚ MRI CT ਸਕੈਨ ਬਹੁਤ ਵਧੀਆ ਐਕੂਰੇਟ ਘੱਟ ਰੇਤਾਂ ਤੇ ਹੋ ਰਹੀ, ਪਤਾ ਸੀ ਸਾਨੂੰ। ਪਰ ਫਿਰ ਵੀ ਪਾਰਟੀ ਦੀ ਲਾਈਨ ਤੇ ਪਾਰਟੀ ਦੇ ਲੀਡਰਸ਼ਿਪ ਦਾ ਕਹਿਣਾ ਮੰਨ ਕੇ ਚੱਲਣਾ ਪੈਂਦਾ। ਇਹ ਤਾਂ ਫਿਰ ਉਹਨਾਂ ਵੋਟਰਾਂ ਦੇ ਨਾਲ ਧੋਖਾ ਹੋਇਆ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਵੋਟਾਂ ਪਾਈਆਂ, ਤੁਸੀਂ ਉਹਨਾਂ ਨੂੰ ਗੁੰਮਰਾਹ ਕਰਦੇ ਰਹੇ। ਫਿਰ ਅਕਾਲੀ ਦਲ ਦਾ, ਕਾਂਗਰਸ ਦਾ, BJP ਦਾ ਏਜੰਡਾ ਲੋਕਾਂ ਨੂੰ ਪਸੰਦ ਹੀ ਨਹੀਂ ਆਇਆ। ਸਭ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਵੀ ਕਨਫਿਊਜ਼ ਹੋਣੇ ਨੇ, ਉਹਨਾਂ ਕਹਿਣਾ ਕਿ ਟੀਨੂ ਸਾਹਿਬ ਪਹਿਲਾਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਦੇ ਨੇ, ਜਾਂ ਪਹਿਲਾਂ ਸੱਚ ਬੋਲਦੇ ਸੀ ਜਾਂ ਹੁਣ ਸੱਚ ਬੋਲਦੇ ਨੇ। ਲੰਬਾ ਸਮਾਂ ਤੁਸੀਂ ਅਕਾਲੀ ਦਲ ਦੇ ਵਿੱਚ ਰਹੇ ਹੋ, ਆਖਿਰਕਾਰ ਕਾਰਨ ਕੀ ਬਣੇ, ਵਜ੍ਹਾ ਕੀ ਰਹੀ, ਮੋਹ ਕਿਉਂ ਭੰਗ ਹੋ ਗਿਆ ਅਕਾਲੀ ਦਲ ਤੋਂ? ਕਾਰਨ ਸਿੰਪਲ, ਲੋਕ ਪਿੱਛੇ ਹਟ ਗਏ। ਕਿਹਦੇ ਨਾਲ ਹੈ? ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨਾਲ, ਸੁਚੀਰ ਰਿੰਕੂ ਹੋਣਾ ਨਾਲ, ਕਿਹਦੇ ਨਾਲ ਕਿ ਜਾਂ ਆਪਣੀ ਪੁਰਾਣੀ ਪਾਰਟੀ ਦੇ ਕਿਸੇ ਨਾਲ? ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਹੋਣਾ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ। ਪਵਨ ਕੁਮਾਰ ਟੀਨੂ ਪਿਛਲੇ ਦਿਨ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ। ਪਵਨ ਕੁਮਾਰ ਟੀਨੂ ਸਾਡੇ ਨਾਲ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਟੀਨੂ ਸਾਹਿਬ, 4 ਦਿਨ ਪਹਿਲਾਂ ਪਾਰਟੀ ਜੁਆਇਨ ਕੀਤੀ, ਟਿਕਟ ਵੀ ਮਿਲ ਗਈ, ਇਹ ਬਦਲਾਅ ਕਿਵੇਂ ਹੋਇਆ? ਮੈਂ ਤਾਂ ਭਰਾਵਾ 2-3 ਦਿਨ ਪਹਿਲਾਂ ਹੀ ਹਲੇ ਪਾਰਟੀ 'ਚ ਆਇਆ, ਮੇਰੀ ਸ਼ਰਤ ਵੀ ਕੋਈ ਨਹੀਂ ਸੀ। ਮੈਂ ਤਾਂ ਇਹ ਬੇਨਤੀ ਕੀਤੀ ਸੀ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਜਲੰਧਰ ਦੇ ਡਿਵੈਲਪਮੈਂਟ ਦੇ ਕੰਮਾਂ 'ਚ, ਵਿਕਾਸ ਦੇ ਕੰਮਾਂ 'ਚ, ਸੜਕਾਂ, ਸੀਵਰੇਜ, ਲਾਈਟਾਂ, ਕੂੜੇ ਦੀ ਸਮੱਸਿਆ, ਆਦਮਪੁਰ ਦਾ ਫਲਾਈਓਵਰ ਉੱਥੇ ਦਾ ਉੱਥੇ ਰੁਕਿਆ ਪਿਆ ਆ, ਵੀ ਮੇਰੀ ਜ਼ਿੰਮੇਵਾਰੀ ਲਓ, ਮੈਂ ਉਹ ਕੰਮ ਕਰਾ ਸਕਾਂ। ਤਾਂ ਮੈਂ ਕੋਈ ਸ਼ਰਤ ਨਹੀਂ ਰੱਖੀ ਇਲੈਕਸ਼ਨ ਦੀ, ਪਰ ਉਹਨਾਂ ਨੇ ਮੇਰੀ ਇਹ ਜ਼ਿੰਮੇਵਾਰੀ ਇਲੈਕਸ਼ਨ ਲੜਨ ਦੀ ਲਾਈ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਿਭਾਉਂਗਾ। ਜਿਹੜੇ ਤੁਸੀਂ ਮੁੱਦੇ ਚੁੱਕਦੇ ਰਹੇ, ਚਾਹੇ ਕਰਜ਼ੇ ਦੀ ਪੰਡ ਨੂੰ ਲੈ ਕੇ ਹੋਏ, ਚਾਹੇ ਰੇਤਾ ਬਜਰੀ ਦਾ ਮੁੱਦਾ ਸੀਗਾ, ਚਾਹੇ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਤੁਸੀਂ ਉਠਾਉਂਦੇ ਰਹੇ ਹੋ, ਕੀ ਉਹ ਮੁੱਦੇ ਸਾਰੇ ਹੱਲ ਹੋ ਗਏ ਟੀਨੂ ਸਾਹਿਬ ਹੁਣ? ਦੇਖੋ, ਜਿਹੜੇ ਰਾਜਨੀਤੀ 'ਚ ਜਦੋਂ ਜਿਹੜੀ ਟੀਮ ਵੱਲੋਂ ਤੁਸੀਂ ਖੇਡਦੇ ਆ, ਜਿਹੜੀ ਪਾਰਟੀ ਤੁਸੀਂ ਕੰਮ ਕਰਦੇ ਹੋ, ਉਸ ਪਾਰਟੀ ਦੇ ਏਜੰਡੇ 'ਤੇ ਚੱਲਣਾ ਪੈਂਦਾ। ਜਦੋਂ ਹੁਣ ਸਾਨੂੰ ਉੱਤੋਂ ਫੋਨ ਆਊਗਾ, ਚਾਹੇ ਸਾਨੂੰ ਪਤਾ ਸੀ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ 'ਚ 90% ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ, ਪਤਾ ਸੀ ਸਾਨੂੰ, ਅਤੇ ਬੱਚਿਆਂ ਨੂੰ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਮਿਲ ਰਹੀਆਂ, ਸਾਨੂੰ ਪਤਾ ਸੀ ਆਮ ਆਦਮੀ ਕਲੀਨਿਕ ਦੇ ਵਿੱਚ ਹਸਪਤਾਲਾਂ 'ਚ ਦਵਾਈਆਂ ਮੁਫ਼ਤ ਮਿਲ ਰਹੀਆਂ, ਸਿਵਲ ਹਸਪਤਾਲਾਂ 'ਚ MRI CT ਸਕੈਨ ਬਹੁਤ ਵਧੀਆ ਐਕੂਰੇਟ ਘੱਟ ਰੇਤਾਂ 'ਤੇ ਹੋ ਰਹੀ, ਪਤਾ ਸੀ ਸਾਨੂੰ। ਪਰ ਫਿਰ ਵੀ ਪਾਰਟੀ ਦੀ ਲਾਈਨ 'ਤੇ ਪਾਰਟੀ ਦੇ ਲੀਡਰਸ਼ਿਪ ਦਾ ਕਹਿਣਾ ਮੰਨ ਕੇ ਚੱਲਣਾ ਪੈਂਦਾ। ਟੀਨੂ ਸਾਹਿਬ, ਇਹ ਤਾਂ ਫਿਰ ਉਹਨਾਂ ਵੋਟਰਾਂ ਦੇ ਨਾਲ ਧੋਖਾ ਹੋਇਆ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਵੋਟਾਂ ਪਾਈਆਂ, ਤੁਸੀਂ ਉਹਨਾਂ ਨੂੰ ਗੁੰਮਰਾਹ ਕਰਦੇ ਰਹੇ? ਫਿਰ ਵੋਟਰ ਨਹੀਂ ਧੋਖਾ ਖਾਂਦੇ, ਜੇ ਵੋਟਰ ਧੋਖਾ ਖਾਂਦੇ ਹੁੰਦੇ ਤਾਂ 22 'ਚ ਖਾ ਨਾ ਜਾਂਦੇ। ਵੋਟਰ ਨਹੀਂ ਧੋਖਾ ਖਾਂਦੇ, ਵੋਟਰ ਬੜੇ ਸਿਆਣੇ ਆ। ਵੋਟਰਾਂ ਨੇ ਦੇਖਿਆ ਬਈ ਇਹਨਾਂ ਮੈਂ ਹਾਰਿਆ 22 'ਚ, ਅਸੀਂ 17 ਜਿੱਤ ਗਏ ਸੀ, 22 'ਚ ਅਸੀਂ ਹਾਰਿਆ, ਕਿਉਂਕਿ ਲੋਕਾਂ ਨੇ ਐਤਕੀ ਠਾਣ ਲਈ ਸੀ ਇਹ ਗੱਲ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਵਾਰੋ ਵਾਰੀ ਕੁਝ ਰਿਆਸਤੀ ਬੰਦਿਆਂ ਨੇ ਜਿਹਨਾਂ ਨੇ ਰਿਆਸਤ ਬਣਾ ਲਈ ਸੀ ਆਪਣੀ, ਉਹਨਾਂ ਨੇ ਲੋਕਾਂ ਨੂੰ ਆਪਣੇ ਗ੍ਰਿਪ 'ਚ ਲੈ ਲਿਆ, ਵਾਰੋ ਵਾਰੀ ਰਾਜ ਕਰਦੇ ਆ, ਆਮ ਲੋਕਾਂ ਲਈ ਕੋਈ ਕੰਮ ਨਹੀਂ ਹੁੰਦਾ। ਤੇ ਇਸ ਕਰਕੇ ਲੋਕਾਂ ਨੇ ਐਤਕੀ ਬਦਲਾਅ ਕਰਤਾ, ਫਿਰ ਅਸੀਂ ਕੁਝ ਕਰ ਹੀ ਨਹੀਂ ਸਕੇ, ਅਸੀਂ ਬਥੇਰਾ ਕਹਿੰਦੇ ਰਹੇ।
ਲੇਕਿਨ ਅਕਾਲੀ ਦਲ ਦਾ, ਕਾਂਗਰਸ ਦਾ, ਬੀਜੇਪੀ ਦਾ ਏਜੰਡਾ ਲੋਕਾਂ ਨੂੰ ਪਸੰਦ ਹੀ ਨਹੀਂ ਆਇਆ। ਪਰ ਟੀਨੂ ਸਾਹਿਬ, ਤੁਹਾਡੀਆਂ ਗੱਲਾਂ ਸੁਣ ਕੇ ਲੋਕ ਵੀ ਕਨਫਿਊਜ਼ ਹੋਣੇ ਨੇ। ਉਹਨਾਂ ਕਹਿਣਾ ਕਿ ਟੀਨੂ ਸਾਹਿਬ ਪਹਿਲਾਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਦੇ ਨੇ, ਜਾਂ ਪਹਿਲਾਂ ਸੱਚ ਬੋਲਦੇ ਸੀ ਜਾਂ ਹੁਣ ਸੱਚ ਬੋਲਦੇ ਨੇ? ਨਹੀਂ, ਲੋਕ ਨਹੀਂ ਕਨਫਿਊਜ਼ ਹੁੰਦੇ, ਲੋਕ ਬੜੇ ਸਿਆਣੇ ਆ। ਅਸੀਂ ਜੋ ਪਹਿਲਾਂ ਗੱਲਾਂ ਕੀਤੀਆਂ ਜਿੱਥੇ ਸਾਨੂੰ ਲੱਗਦਾ ਸੀ ਵੀ ਨੁਕਸ ਆ, ਅਸੀਂ ਬੋਲਦੇ ਰਹੇ। ਹੁਣ ਮੈਂ ਸਰਕਾਰ 'ਚ ਹਾਂ, ਰੂਲਿੰਗ ਪਾਰਟੀ ਦਾ ਇੱਕ ਵਰਕਰ ਹਾਂ, ਵਲੰਟੀਅਰ ਹੈ। ਜੇ ਹੁਣ ਵੀ ਕਿਤੇ ਗਲਤ ਹੋਏਗਾ ਅਸੀਂ ਕਹਾਂਗੇ ਉਹਨਾਂ ਨੂੰ। ਮੈਂ ਜਦੋਂ ਸਰਕਾਰ 'ਚ ਸੀ, ਬਾਦਲ ਸਾਹਿਬ ਦੇ ਜਦੋਂ ਮੁੱਖ ਮੰਤਰੀ ਸੀ, ਮੈਂ ਉਦੋਂ ਸਰਕਾਰ 'ਚ ਬੈਠ ਕੇ ਵੀ ਵਿਧਾਨ ਸਭਾ 'ਚ ਬੋਲਦਾ ਸੀ ਜਿੱਥੇ ਗਲਤ ਹੁੰਦਾ ਸੀ। ਮੈਂ ਵਿਧਾਨ ਸਭਾ 'ਚ ਮੰਤਰੀਆਂ ਨਾਲ ਬਹਿਸਦਾ ਰਿਹਾ। ਜੇ ਹੁਣ ਵੀ ਕੋਈ ਗੱਲ ਹੋਏਗੀ ਅਸੀਂ ਕਹਾਂਗੇ। ਲੰਬਾ ਸਮਾਂ ਤੁਸੀਂ ਅਕਾਲੀ ਦਲ ਦੇ ਵਿੱਚ ਰਹੇ ਹੋ, ਆਖਿਰ ਕਾਰਨ ਕੀ ਬਣੇ, ਵਜ੍ਹਾ ਕੀ ਰਹੀ, ਮੋਹ ਕਿਉਂ ਭੰਗ ਹੋ ਗਿਆ ਅਕਾਲੀ ਦਲ ਤੋਂ? ਕਾਰਨ ਸਿੰਪਲ, ਲੋਕ ਪਿੱਛੇ ਹਟ ਗਏ। ਜਦੋਂ ਲੋਕ ਹੀ ਫਤਵਾ, ਲੋਕਾਂ ਨੇ ਫਤਵਾ ਦੇ ਦਿੱਤਾ ਤਾਂ ਫਿਰ ਲੋਕਾਂ ਦੇ ਨਾਲ ਹੀ ਚੱਲਣਾ ਪੈਣਾ। ਪਾਰਟੀਆਂ ਤੇ ਔਖਾ ਭਾਰਾ ਸਮਾਂ ਤਾਂ ਆਉਂਦਾ ਰਹਿੰਦਾ। ਭਾਰੇ ਸਮੇਂ ਤੇ ਨਾਲ ਰਹੇ ਆ, ਪਰ ਭਾਰਾ ਸਮਾਂ ਨੂੰ ਚੰਗਾ ਸਮਾਂ ਬਣਾਉਣ ਲਈ ਕੋਈ ਪਾਲਿਸੀ ਨੀਤੀ ਵੀ ਤਾਂ ਚਾਹੀਦੀ ਹੈ। ਚੋਣ ਲੜਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਲੰਧਰ ਦੀ ਸੀਟ ਨੂੰ ਲੈ ਕੇ ਅਕਾਲੀ ਦਲ ਦੇ ਨਾਲ ਤੁਹਾਡੀ? ਨਹੀਂ, ਮੇਰੀ ਗੱਲ ਦੇਖੋ, 2023 ਚ ਜਦੋਂ ਜ਼ਿਮਨੀ ਚੋਣ ਹੋਈ ਆ, ਉਦੋਂ ਜ਼ਰੂਰ ਮੈਨੂੰ ਕਿਹਾ ਗਿਆ ਸੀ, ਜਨਵਰੀ ਚ ਮੈਨੂੰ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਚੋਣ ਲੜਨੀ ਹੈ। ਬਿਲਕੁਲ, ਸਾਰੀ ਲੀਡਰਸ਼ਿਪ ਨੇ ਕਹਿ ਦਿੱਤਾ ਸੀ, ਪਰ ਉਸ ਤੋਂ ਬਾਅਦ ਬਾਹਰੋਂ ਲਿਆ ਕੇ ਸਾਡੇ ਇੱਕ ਸਾਥੀ ਨੂੰ ਲੜਾ ਦਿੱਤਾ। ਮੈਨੂੰ ਸਮਝ ਨਹੀਂ ਆਈ ਵੀ ਇਹ ਕਿਉਂ ਹੋਇਆ ਇਸ ਤਰ੍ਹਾਂ, ਤੇ ਪਾਰਟੀ ਦੀ ਇਸ ਗਲਤ ਫੈਸਲੇ ਨਾਲ ਨੁਕਸਾਨ ਹੋਇਆ। ਇਸ ਵਾਰ ਤੁਸੀਂ ਆਪਣਾ ਦਾਅਵਾ ਰੱਖਿਆ ਸੀ ਕਿ ਜਾਂ ਇਸ ਵਾਰ ਤੁਸੀਂ ਗੱਲ ਨਹੀਂ ਕੀਤੀ? ਦੇਖੋ, ਪਾਰਟੀ ਦਿਨ ਪ੍ਰਤੀ ਦਿਨ ਡਾਊਨ ਜਾ ਰਹੀ ਹੈ, ਲੋਕਾਂ ਵਿੱਚ ਵਿਸ਼ਵਾਸ ਨਹੀਂ ਬਣ ਰਿਹਾ। ਆਖਿਰ ਅਸੀਂ ਸਿਆਸਤ ਪੋਲਿਟਿਕਸ ਕਰਦੇ ਹਾਂ ਲੋਕਾਂ ਵਾਸਤੇ, ਲੋਕਾਂ ਨੂੰ ਜ਼ੋਰ ਜ਼ਬਰਦਸਤੀ ਵੀ ਕਿੱਦਾਂ ਮਨਾ ਲਈਏ ਹੁਣ? ਇਸ ਕਰਕੇ ਜਿਹੜੀ ਧੜੇਬੰਦੀ ਦੀ ਗੱਲ ਸੀਗੀ, ਉਹ ਵੀ ਪਾਰਟੀ ਲੀਡਰਸ਼ਿਪ ਨੇ ਕੋਈ ਦੂਰ ਕਰਨ ਲਈ ਚੇਸ਼ਟਾ ਨਹੀਂ ਕੀਤੀ, ਕੋਈ ਕੋਸ਼ਿਸ਼ ਨਹੀਂ ਕੀਤੀ। ਨੂੰ ਲੈ ਕੇ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਉਂਗਰਾਲ ਨੇ ਵੀ ਪਿਛਲੇ ਦਿਨੀ ਸਵਾਲ ਖੜੇ ਕੀਤੇ। ਉਹਨਾਂ ਆਮ ਆਦਮੀ ਪਾਰਟੀ ਛੱਡਤੀ, ਕਹਿੰਦੇ ਨੇ ਕਿ ਧੜੇਬਾਜੀ ਸੂਤਰ ਨਹੀਂ ਆ ਰਹੀ। ਤੁਹਾਨੂੰ ਲੱਗਦਾ ਨਹੀਂ ਕਿ ਇਹ ਤਾਂ ਪਾਰਟੀਆਂ ਦੇ ਵਿੱਚ ਬਣੀ ਰਹਿੰਦੀ ਹੈ? ਉਹ ਨਹੀਂ, ਉਹਨਾਂ ਦਾ ਦੇਖੋ, ਉਹਨਾਂ ਦਾ ਤਾਂ ਗੱਲ ਹੀ ਲੱਗ ਗਿਆ, ਉਹ ਦੋਨਾਂ ਬੰਦਿਆਂ ਦਾ, ਭਰਾਵਾਂ ਦੀ ਗੱਲ ਅਲੱਗ ਆ। ਉਹ ਤਾਂ ਪਹਿਲਾਂ ਇੱਕ ਦੂਜੇ ਨੂੰ ਧਮਕੀਆਂ ਵੀ ਦਿੰਦੇ ਸੀ, ਮਰਨ ਮਰਾਉਣ ਦੀਆਂ ਗੱਲਾਂ ਕਰਦੇ ਸੀ, ਤੇ ਹੁਣ ਉਹ ਇਕੱਠੇ ਹੋ ਗਏ। ਇਹ ਤਾਂ ਹੁਣ ਉਹ ਜਾਣਦੇ ਆ, ਜਾਂ ਸਰਕਾਰ ਦੀਆਂ ਏਜੰਸੀਆਂ ਜਾਣਦੀਆਂ, ਜਾਂ ਬੀਜੇਪੀ ਜਾਣਦੀ ਆ ਵੀ ਕਿੱਦਾਂ ਇਕੱਠੇ ਕੀਤੇ ਉਹ, ਕਿਹੜੇ ਡਰ ਨਾਲ ਉਹ ਇਕੱਠੇ ਹੋ ਗਏ, ਇਹ ਤਾਂ ਹੁਣ ਬਾਅਦ 'ਚ ਪਤਾ ਲੱਗੂਗਾ। ਆਮ ਆਦਮੀ ਪਾਰਟੀ ਦੇ ਵਿੱਚ ਅਪਰੋਚ ਤੁਹਾਡੇ ਵੱਲੋਂ ਕੀਤੀ ਗਈ ਕਿ ਜਾਂ ਪਾਰਟੀ ਨੇ ਤੁਹਾਡੇ ਤੱਕ ਅਪਰੋਚ ਕੀਤੀ? ਮੈਨੂੰ ਆਮ ਲੋਕਾਂ ਨੇ ਕਿਹਾ, ਮੈਨੂੰ ਅਕਾਲੀ ਦਲ ਦੇ ਵਰਕਰਾਂ ਨੇ ਵੀ ਕਿਹਾ, ਮੈਨੂੰ ਆਮ ਪਾਰਟੀ ਦੇ ਵਰਕਰਾਂ ਨੇ ਵੀ ਕਿਹਾ ਕਿ ਤੁਸੀਂ ਕੰਮ ਕਰਨ ਵਾਲੇ ਬੰਦੇ ਆ, ਤੁਹਾਡੀ ਇਮਾਨਦਾਰੀ, ਤੁਹਾਡੀ ਸੁਹਿਰਦਤਾ, ਗੰਭੀਰਤਾ, ਹਾਰਡ ਵਰਕ, ਇਹ ਲੋਕਾਂ ਦੇ ਕੰਮ ਆਉਣਾ ਚਾਹੀਦਾ ਵੀ ਤੁਸੀਂ ਆ ਕੇ ਕੰਮ ਕਰੋ। ਲੋਕਾਂ ਲਈ ਅਸੀਂ ਸਿਆਸਤ ਕਰਦੇ ਹਾਂ, ਲੋਕਾਂ ਲਈ ਕੰਮ ਕਰਦੇ ਹਾਂ, ਤਾਂ ਲੋਕਾਂ ਦਾ ਕਹਿਣਾ ਮੰਨਣਾ ਪੈਂਦਾ। ਲੋਕਾਂ ਦਾ ਕਹਿਣਾ ਮੰਨ ਲਿਆ ਹੁੰਦਾ, ਜੇ ਲੀਡਰਸ਼ਿਪ ਨੇ, ਅਕਾਲੀ ਦਲ ਦੀ ਲੀਡਰਸ਼ਿਪ ਨੇ ਮੰਨ ਲਿਆ ਹੁੰਦਾ, ਤੇ 22 ਵਿੱਚ ਇਹ ਹਾਲਾਤ ਨਾ ਹੋ। ਪਰ ਲੋਕਾਂ ਦਾ ਕਹਿਣਾ ਮੰਨਦੇ ਨਹੀਂ। ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜੁਆਇਨਿੰਗ ਤੋਂ ਬਾਅਦ? ਨਹੀਂ, ਮੇਰੀ ਟਿਕਟ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਕੋਈ ਗੱਲ ਨਹੀਂ ਹੋਈ ਸੀ। ਮੈਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਸੀ, ਤੇ ਮੈਂ ਵੀ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਮੈਂ ਲੋਕਾਂ ਦੇ ਕੰਮ ਹੋਣ, ਕਿਉਂਕਿ ਇੱਥੇ ਦੇ ਸੰਸਦ
ਅਚਾਨਕ ਹੀ ਚਲੇ ਗਏ, ਵਿੱਚੇ ਹੀ ਕੰਮ ਛੱਡ ਕੇ ਚਲੇ ਗਏ। ਇਸ ਕਰਕੇ ਸਾਨੂੰ ਕੰਮ ਕਰਨ ਦਾ ਮੌਕਾ ਦਿਓ, ਅਸੀਂ ਕੰਮ ਕਰਾਂਗੇ। ਡੇਰਾ ਬੱਲਾਂ ਦਾ ਵੋਟ ਬੈਂਕ ਬੜਾ ਪ੍ਰਭਾਵਿਤ ਕਰਦਾ, ਕਹਿੰਦੇ ਟੀਨੂ ਸਾਹਿਬ ਜਲੰਧਰ ਲੋਕ ਸਭਾ ਸੀਟ ਦੇ ਉੱਪਰ ਡੇਰਾ ਬੱਲਾਂ ਨੂੰ ਲੈ ਕੇ ਸਿਆਸਤ ਵੀ ਬੜੀ ਹੁੰਦੀ ਰਹੀ ਹੈ। ਇੱਕ ਚੈੱਕ ਨੂੰ ਲੈ ਕੇ ਤੁਸੀਂ ਵੀ ਸਵਾਲ ਕਈ ਵਾਰੀ ਖੜੇ ਕੀਤੇ ਕਿ ਸਿਰਫ ਫੋਟੋਆਂ ਹੋ ਗਈਆਂ ਪਰ ਡੇਰਾ ਬੱਲਾਂ ਨੂੰ ਪੈਸਾ ਇੱਕ ਵੀ ਨਹੀਂ ਆਇਆ। ਦੇਖੋ, ਚਰਨਜੀਤ ਸਿੰਘ ਚੰਨੀ ਦਾ ਤੁਸੀਂ ਰਿਕਾਰਡ ਦੇਖ ਲਓ, ਪਹਿਲਾਂ ਉਹ ਖਰੜ ਤੋਂ, ਚਮਕੌਰ ਸਾਹਿਬ ਤੋਂ ਅਤੇ ਭਦੌੜ ਤੋਂ ਇਲੈਕਸ਼ਨ ਲੜੇ, ਉੱਥੇ ਬਹੁਤ ਬੁਰੀ ਤਰ੍ਹਾਂ ਹਾਰੇ। ਪੌਣੇ ਪੰਜ ਸਾਲ ਉਹ ਕੈਪਟਨ ਸਾਹਿਬ ਦੀ ਸਰਕਾਰ 'ਚ ਟੈਕਨੀਕਲ ਐਜੂਕੇਸ਼ਨ ਮੰਤਰੀ ਰਹੇ ਅਤੇ 3 ਮਹੀਨੇ ਤੋਂ ਵੱਧ ਸਮਾਂ ਉਹ ਰਹੇ ਮੁੱਖ ਮੰਤਰੀ। ਜਿਹੜਾ ਇਨਸਾਨ 5 ਸਾਲ ਪੂਰੇ ਫੁੱਲ ਫਲੈਜ ਪਾਵਰ 'ਚ ਰਿਹਾ ਹੋਵੇ, ਉਹ ਆਪਣੇ 2 ਹਲਕੇ ਬੁਰੀ ਤਰ੍ਹਾਂ ਹਾਰ ਜਾਵੇ, ਇੱਕ ਸਵਾਲ ਹੈ। ਇਹਦਾ ਮਤਲਬ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਉਹਨਾਂ ਨੇ, ਲੋਕਾਂ ਦੇ ਵਿੱਚ ਵਿਚਰੇ ਨਹੀਂ, ਨੰਬਰ 1। ਨੰਬਰ 2, ਉਹਨਾਂ ਨੇ ਉੱਥੋਂ ਆ ਕੇ ਇੱਥੇ ਲੜਨ ਦੀ ਕੋਸ਼ਿਸ਼ ਵੀ ਕੀਤੀ ਇਲੈਕਸ਼ਨ, ਪਰ ਇੱਥੇ ਦੇ ਲੋਕਾਂ ਨੇ ਕਿਹਾ ਨਹੀਂ, ਲੋਕਲ ਬੰਦੇ ਨੂੰ ਇੱਥੇ ਇਲੈਕਸ਼ਨ ਲੜਨੀ ਚਾਹੀਦੀ ਹੈ। ਜਿਹੜੀ ਤੁਸੀਂ 25 ਕਰੋੜ ਡੇਰਾ ਬੱਲਾਂ ਦੇ ਚੈੱਕ ਦੀ ਗੱਲ ਦੀ ਕੀਤੀ ਆ, ਦੇਖੋ ਉਹ ਕੋਈ ਸ਼ਰਧਾ ਨਾਲ ਨਹੀਂ ਚੰਨੀ ਹੋਰੀ ਪੈਸੇ ਲੈ ਕੇ ਆਏ ਸੀ, ਸ਼ਰਧਾ ਹੈ ਨਹੀਂ ਸੀ, ਕਿਉਂਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇੱਕ ਵਾਰੀ ਵੀ ਉਹ ਡੇਰਾ ਬੱਲਾਂ ਨਹੀਂ ਆਏ, ਕਦੀ ਨਹੀਂ ਆਏ। ਸਿਰਫ ਵੋਟਾਂ ਨੂੰ ਧਿਆਨ 'ਚ ਰੱਖਦੇ ਹੋਏ, ਰਾਜਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਉਹ ਚੈੱਕ ਲੈ ਕੇ ਆਏ, ਔਰ ਚੈੱਕ ਵੀ ਐਡਾ ਸਾਰਾ ਦਿਖਾਵੇ ਲਈ। ਉਹ ਚੈੱਕ ਵੀ ਕਰਤਾਰਪੁਰ ਦੇ ਡਿਵੈਲਪਮੈਂਟ ਦੇ ਫੰਡਾਂ ਵਿੱਚੋਂ, ਜਿਹਦੀਆਂ ਅਨੇਕਾਂ ਸ਼ਰਤਾਂ ਹੁੰਦੀਆਂ, ਕੰਡੀਸ਼ਨਸ ਹੁੰਦੀਆਂ। ਜੇ ਚੰਨੀ ਜੀ ਉਸ ਵੇਲੇ ਚਾਹੁੰਦੇ ਮੁੱਖ ਮੰਤਰੀ ਸੀ, ਤਾਂ ਉਹ ਆਪਣੇ ਅਖਤਿਆਰੀ ਕੋਟੇ 'ਚੋਂ ਜਾਂ ਕਿਸੇ ਹੋਰ ਹੈੱਡ 'ਚੋਂ ਜਾਂ ਕਿਸੇ ਹੋਰ ਸਕੀਮ 'ਚ, ਜਿਹੜੀਆਂ ਸਕੀਮਾਂ ਤਹਿਤ ਹੋਰ ਵੀ ਯਾਦਗਾਰਾਂ ਬਣੀਆਂ, ਉਹਨਾਂ ਸਕੀਮਾਂ 'ਚ ਉਹ ਪੈਸੇ ਦੇ ਸਕਦੇ ਸੀ ਡੇਰੇ ਨੂੰ, ਪਰ ਉਹਨਾਂ ਨੇ ਉਹ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਵੋਟਾਂ ਲੈ ਲਈਏ, ਪੈਸੇ ਇਹਨਾਂ ਨੂੰ ਮਿਲਣ ਨਾ ਮਿਲਣ। ਇਸ ਕਰਕੇ ਜਦੋਂ ਇਲੈਕਸ਼ਨ ਹੋ ਗਿਆ 31 ਮਾਰਚ ਨੂੰ, ਉਹ ਪੈਸੇ ਲੈਪਸ ਹੋ ਗਏ, ਖਤਮ ਹੋ ਗਏ। ਇਹ ਗੱਲ ਮੈਂ ਡੇਰੇ ਦੀ ਮੈਨੇਜਮੈਂਟ ਨੂੰ ਦੱਸ ਦਿੱਤੀ ਸੀ। ਬਾਅਦ ਵਿੱਚ ਸਰਕਾਰ ਬਦਲ ਗਈ, ਸਰਕਾਰ ਬਦਲਣ ਤੋਂ ਬਾਅਦ 3-4-5 ਮਹੀਨੇ ਤੈਨੂੰ ਪਤਾ ਸਰਕਾਰ, ਨਵੀਂ ਸਰਕਾਰ ਨੂੰ ਟੇਕ ਓਵਰ ਕਰਦੇ ਨੂੰ ਲੱਗ ਜਾਂਦਾ। ਫਿਰ ਜ਼ਿਮਨੀ ਚੋਣ ਆ ਗਈ, ਜ਼ਿਮਨੀ ਚੋਣ 'ਚ ਸੁਸ਼ੀਲ ਕੁਮਾਰ ਰਿੰਕੂ ਜੀ ਇਸ ਭਰੋਸੇ ਨਾਲ ਵੋਟਾਂ ਲੋਕਾਂ ਨੇ ਦਿੱਤੀਆਂ ਵੀ ਇਹ ਆਪ ਅੱਗੇ ਹੋ ਕੇ ਕੰਮ ਕਰਨਗੇ, ਜਲੰਧਰ ਦਾ ਵੀ ਕੰਮ ਕਰਨਗੇ, ਉਹ ਜਿਹੜਾ ਰਹਿ ਗਿਆ ਕੰਮ ਉਹ ਵੀ ਨਿਬੇੜ ਦੇਣਗੇ। ਪਰ ਉਹਨਾਂ ਨੇ ਇੱਕ ਵੀ ਉਸ ਟਰੱਸਟ ਦੀ ਮੀਟਿੰਗ ਨਹੀਂ ਬੁਲਾਈ, ਆਪ ਵੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ। ਜਦੋਂ ਕਿਸੇ RTI ਐਕਟਿਵਿਸਟ ਨੇ 25 ਕਰੋੜ ਦੀ ਸਾਰੀ ਸੱਚਾਈ ਮੂਹਰੇ ਰੱਖ ਦਿੱਤੀ ਮੀਡੀਆ 'ਚ, ਫਿਰ ਰਿੰਕੂ ਜੀ ਨੂੰ ਯਾਦ ਆਇਆ, ਫਿਰ ਉਹਨਾਂ ਨੇ ਇਮੀਡੀਏਟਲੀ ਦੂਜੇ ਦਿਨ ਹੀ ਚੰਡੀਗੜ੍ਹ ਇੱਕ ਮੀਟਿੰਗ ਬੁਲਾ ਲਈ, ਜਿਹਦੇ ਵਿੱਚ ਇੱਥੇ ਦੇ ਜਲੰਧਰ ਦੇ MLA ਸਾਹਿਬਾਨ ਅਤੇ ਡੇਰੇ ਦੇ ਟਰੱਸਟ ਦੇ ਮੈਂਬਰਾਂ ਨੂੰ ਵੀ ਚੰਡੀਗੜ੍ਹ ਬੁਲਾ ਲਿਆ। ਪਰ ਉਹ ਉਹਨਾਂ ਨੂੰ ਜਾਗ ਉਦੋਂ ਆਈ ਜਦੋਂ RTI 'ਚ ਖੁਲਾਸਾ ਹੋ ਗਿਆ, ਤਾਂ ਉਸ ਤੋਂ 2 ਦਿਨ ਬਾਅਦ ਫਿਰ ਪਾਰਲੀਮੈਂਟ ਚੋਣਾਂ ਦਾ ਜਾਬਤਾ ਲੱਗ ਗਿਆ। ਇਹ ਤਾਂ ਚੰਨੀ ਸਾਹਿਬ ਨੇ ਗਲਤ ਕੰਮ ਕੀਤਾ ਤੇ ਇੱਥੇ ਰਿੰਕੂ ਜੀ ਨੇ ਸਾਲ ਇੱਕ ਬੇਧਿਆਨੀ, ਰਿੰਕੂ ਜੀ ਨੇ ਧਿਆਨ ਨਹੀਂ ਦਿੱਤਾ ਨਾ ਜਲੰਧਰ ਦੇ ਕੰਮਾਂ 'ਚ ਤੇ ਨਾ ਇਸ ਫੰਡਾਂ ਦੇ ਕੰਮਾਂ 'ਚ। ਚਲੋ, ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ, ਲੋਕਾਂ ਨੇ ਉਹਦਾ ਸਭ ਕੁਝ ਸਿਖਾਤਾ, ਹੁਣ ਤੁਸੀਂ ਵੀ ਸਰਕਾਰ ਦਾ ਹਿੱਸਾ ਬਣ ਗਏ ਹੋ, ਉਹ 25 ਕਰੋੜ ਹੈ ਕਿੱਥੇ ਹੁਣ? ਹੁਣ ਉਹ DC ਸਾਹਿਬ ਦੇ ਖਜ਼ਾਨੇ 'ਚ ਪਿਆ, ਜਲੰਧਰ ਦੇ DC ਸਾਹਿਬ ਦੇ ਖਜ਼ਾਨੇ 'ਚ ਪਿਆ। ਔਰ ਮੈਂ ਇਕੱਲਾ 25 ਕਰੋੜ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਕਿੱਦਾਂ ਕੰਮ ਕਰਾਉਣੇ, ਮੈਨੂੰ ਸ਼ੌਂਕ ਆ ਕੰਮ ਕਰਾਉਣ ਦਾ, ਮੇਰਾ ਰਿਕਾਰਡ ਵੀ ਬੋਲਦਾ ਹੈ।
ਮੈਂ ਆਦਮਪੁਰ ਚ ਕੰਮ ਕਰਵਾਏ ਵੀ ਆ। ਆਦਮਪੁਰ ਦਾ ਫਲਾਈਓਵਰ ਵੀ ਕੰਪਲੀਟ ਕਰਾਉਣਾ, ਉਹਦਾ ਵੀ ਰਿੰਕੂ ਜੀ ਵਾਅਦਾ ਕਰਕੇ ਆਏ ਸੀ, ਉੱਥੇ ਜਦੋਂ ਵੋਟਾਂ ਲੈਣ ਗਏ ਸੀ, ਨਹੀਂ ਸ਼ੁਰੂ ਕੀਤਾ, ਉਹ ਵੀ ਕਰਵਾਊਂਗਾ। ਇਹ ਪੈਸੇ ਵੀ ਜਿਹੜਾ ਫੁੱਲ ਪ੍ਰੋਜੈਕਟ ਆ ਉਹ ਆ ਡਿਵੈਲਪਮੈਂਟ ਦੇ ਕਿਸੇ ਹਲਕੇ ਦੇ ਡਿਵੈਲਪਮੈਂਟ ਫੰਡਾਂ ਵਿੱਚੋਂ ਨਹੀਂ, ਉਹ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਕੇ ਅਲੱਗ ਫੰਡਾਂ ਵਿੱਚੋਂ ਲੈ ਕੇ ਦਿਆਂਗੇ, ਕੰਪਲੀਟ ਕਰਾਵਾਂਗੇ। ਕਿਹਦੇ ਨਾਲ ਹੈ? ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨਾਲ, ਸੁਚੇਤ ਰਿੰਕੂ ਹੋਣਾ ਨਾਲ, ਕਿਹਦੇ ਨਾਲ ਕਿ ਜਾਂ ਆਪਣੀ ਹੀ ਪੁਰਾਣੀ ਪਾਰਟੀ ਦੇ ਕਿਸੇ ਨਾਲ? ਦੇਖੋ, ਟੱਕਰ ਤਾਂ ਹਲੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਕਾਂਗਰਸ ਦੇ ਉਮੀਦਵਾਰ ਬਹੁਤ ਦੂਰ ਤੋਂ ਆਏ ਆ ਤੇ ਉਹ ਇੱਥੇ ਦੋ ਮਹੀਨੇ ਵਾਸਤੇ ਉਹਨਾਂ ਨੇ ਕੋਠੀ ਲਈ ਆ ਤੇ ਲੋਕੀ ਉਹਨਾਂ ਨੂੰ ਵੋਟਾਂ ਪਾਉਣਗੇ ਕਿ ਨਹੀਂ ਪਾਉਣਗੇ, ਇਹ ਹਾਲੇ ਗੱਲ ਮੈਦਾਨ ਵਿੱਚ ਜਦੋਂ ਆਉਣਗੇ ਫਿਰ ਪਤਾ ਲੱਗੂਗਾ। ਬੀਜੇਪੀ ਨੂੰ ਸ਼ਹਿਰ 'ਚੋਂ ਵੋਟ ਪਏਗੀ, ਪਿੰਡਾਂ 'ਚੋਂ ਬਿਲਕੁਲ ਵੋਟ ਬਹੁਤ ਘੱਟ ਪਏਗੀ। ਆਖਰੀ ਸਵਾਲ ਹੈ ਮੇਰਾ, ਆਮ ਆਦਮੀ ਪਾਰਟੀ ਦੇ 2.5 ਸਾਲ ਦੇ ਕਰੀਬ ਸਮਾਂ ਹੋ ਗਿਆ, ਕਾਰਜਕਾਲ ਨੂੰ, ਕੰਮਾਂ ਨੂੰ ਕਿੰਨੇ ਨੰਬਰ ਦਿੰਦੇ ਹੋ 10 'ਚ ਹੁਣ? ਦੇਖੋ, ਜੇ ਆਪਾਂ ਮੁਫ਼ਤ ਬਿਜਲੀ 'ਤੇ ਜਾਈਏ, ਜੇ ਆਪਾਂ ਆਮ ਆਦਮੀ ਕਲੀਨਿਕ 'ਤੇ ਜਾਈਏ, 80 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮਿਲਦੀਆਂ, ਸਿਵਲ ਹੌਸਪਿਟਲਾਂ 'ਚ ਵੱਡਿਆਂ 'ਚ MRI CT ਸਕੈਨ ਬਹੁਤ ਘੱਟ ਵਾਜਿਬ ਰੇਟਾਂ 'ਤੇ ਹੋ ਰਹੀ ਹੈ, ਘਰ ਘਰ ਆਟਾ ਜਾ ਰਿਹਾ ਅਤੇ ਦਫ਼ਤਰਾਂ 'ਚ ਅਧਿਕਾਰੀ ਮੁਲਾਜ਼ਮ ਕਰਪਸ਼ਨ ਕਰਨ ਤੋਂ ਡਰਦੇ ਆ। ਮੈਂ ਇਹ ਨਹੀਂ ਕਹਿੰਦਾ ਵੀ ਪੂਰੀ ਤਰ੍ਹਾਂ ਖਤਮ ਹੋ ਗਈ, ਡਰਦੇ ਆ। ਨਵੇਂ ਵਰਕਰ ਰਾਜਨੀਤੀ ਵਿੱਚ ਆਏ ਆ, ਨਵੇਂ ਵਲੰਟੀਅਰ ਆਏ ਆ ਔਰ ਇਹ ਐਨਰਜੀ ਨਾਲ ਕੰਮ ਕਰਨਗੇ ਅਤੇ ਮੈਨੂੰ ਉਮੀਦ ਆ ਵੀ ਅੱਗੋਂ ਹਲੇ, ਕਿਉਂਕਿ ਹਲੇ 3 ਸਾਲ ਸਰਕਾਰ ਦੇ ਪਏ ਆ, ਜੇ ਹੁਣ 10 ਵਿੱਚੋਂ ਤੁਹਾਨੂੰ ਲੱਗਦਾ ਉਹ ਵੀ 10 ਨਹੀਂ ਹੈਗੇ, ਘੱਟ ਆ, ਤਾਂ ਅਗਲਾ ਇਲੈਕਸ਼ਨ ਆਉਂਦੇ ਇਹ ਫੁੱਲ ਨੰਬਰ ਲੈ ਲੈਣਗੇ ਕਿਉਂਕਿ ਮੁੱਖ ਮੰਤਰੀ ਜੀ ਇਮਾਨਦਾਰ ਆ, ਉਹਨਾਂ ਦੇ ਮਨ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਬਹੁਤ ਹੈ ਅਤੇ ਉਹਦਾ ਅਸੀਂ ਸਤਿਕਾਰ ਕਰਦੇ। ਠੀਕ ਹੈ, ਸਭ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਪਵਨ ਕੁਮਾਰ ਟੀਨੂ ਨੇ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਕਹਿੰਦੇ ਨੇ ਕਿ ਵੱਡੀ ਲੀਡ ਦੇ ਨਾਲ ਜਿੱਤ ਵੀ ਹਾਸਲ ਕਰਾਂਗੇ ਔਰ ਕਹਿੰਦੇ ਨੇ ਕਿ ਪਾਰਟੀ ਦੇ ਕੰਮਾਂ ਨੂੰ ਲੈ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ TV ਜਲੰਧਰ।